ਓਏ 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 ਓਏ। ਹਾਂਜੀ ਦੋਸਤੋ, ਕੀ ਹਾਲ ਚਾਲ, ਮੈਂ ਤੁਹਾਡਾ ਆਪਣਾ ਧਾਲੀਵਾਲ, ਤੁਸੀਂ ਦੇਖ ਰਹੇ ਹੋ ਧਾਲੀਵਾਲ ਗੇਮਿੰਗ। ਅਤੇ ਬਾਈ ਜੀ, ਚੈਨਲ ਨੂੰ ਕਰ ਲਓ ਸਬਸਕ੍ਰਾਈਬ ਅਤੇ ਬੈਲ ਦੇ ਆਈਕਨ ਨੂੰ ਜ਼ਰੂਰ ਦਬਾ ਲਿਓ, ਤਾਂ ਜੋ ਹਰ ਇੱਕ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ, ਕਿਉਂਕਿ ਵੀਡੀਓ ਦੇ ਵਿੱਚ ਹੁੰਦੇ ਆ ਬਾਈ ਜੀ ਲਿੰਕ, ਉਹ FS19 ਅਤੇ FS22 ਦਾ ਵੀ ਹੋ ਸਕਦਾ। ਅਤੇ ਵੀਡੀਓ ਨੂੰ ਫੁੱਲ ਜ਼ਰੂਰ ਦੇਖਣਾ, ਕਿਉਂਕਿ ਲਿੰਕ ਹੋਣਾ ਆਈ ਬਟਨ ਦੇ ਵਿੱਚ, ਅਤੇ ਉਹਦੇ ਲਈ ਤੁਹਾਨੂੰ ਵੀਡੀਓ ਨੂੰ ਸਕਿੱਪ ਨਹੀਂ ਕਰਨਾ। ਜੇ ਸਕਿੱਪ ਕਰੋਗੇ ਤੁਹਾਡਾ ਆਈ ਬਟਨ ਨਹੀਂ ਆਉਣਾ, ਕਈ ਵਾਰ ਨਹੀਂ ਆਉਂਦਾ ਤਾਂ ਤੁਹਾਨੂੰ ਪ੍ਰੋਬਲਮ ਹੋ ਸਕਦੀ ਹੈ। ਵੀਡੀਓ ਨੂੰ ਫੁੱਲ ਵੇਖੋ। ਹਾਂਜੀ ਮੁੰਡਿਓ, ਕਿੱਦਾਂ ਬਾਈ? ਅਤੇ ਤੁਹਾਨੂੰ ਯਾਰ ਪਤਾ ਹੀ ਯਾਰ, ਪਿਛਲੀ ਵੀਡੀਓ 'ਚ ਆਪਣੇ ਨਾਲ ਇੱਕ ਹੋ ਗਿਆ ਸੀ ਕਾਂਡ, ਅਤੇ ਕਾਂਡ ਇਹ ਹੋਇਆ ਵੀ ਸਾਲਾ ਚੌਂਟੀਆਰ ਦਾ ਟੁੱਟ ਗਿਆ ਟਾਇਰ, ਅਤੇ ਕੁਛ ਕਰ ਤਾਂ ਸਕਦੇ ਨਹੀਂ ਸੀ ਫਿਰ ਆਪਾਂ ਨਾ, ਅਤੇ ਉੱਥੇ ਹੀ ਖੜ੍ਹਾ ਉਹ, ਅਤੇ ਹੁਣ ਮੈਂ ਗੌਰਵ ਨੂੰ ਨਾਲ ਬਿਠਾਇਆ, ਅਤੇ ਮੈਂ ਕਿਹਾ ਵੀ ਚੱਲ ਚੱਲੀਏ, ਅਤੇ ਸਾਡੇ ਵਾਲਾ ਸ਼ੋਰ ਦੂਸਰਾ ਸ਼ੋਰ ਜਿਹਾ ਉਹ ਗਿਆ ਅੱਜ ਬਾਈ ਕਿਤੇ ਬਾਹਰ, ਤੁਹਾਨੂੰ ਪਤਾ ਪੈਸੇ ਦਾ ਲੈਣ ਦੇਣ ਉਹੀ ਕਰਦਾ ਯਾਰ। ਅਤੇ ਅਸੀਂ T7 ਨੂੰ ਹੁਣ ਘਰ ਲੈ ਕੇ ਚੱਲਦੇ, ਉੱਥੋਂ ਟਰਾਲੀ ਟਰੂਲੀ ਪਾ ਕੇ ਲਿਆਉਂਦੇ ਹਾਂ, ਅਤੇ ਮਿਸਤਰੀ ਨੂੰ ਫੋਨ ਕਰਨਾ ਹਜੇ ਅਸੀਂ, ਅਤੇ ਪੁੱਛਣਾ ਵੀ ਜੇ ਤਾਂ ਖੇਤ ਹੀ ਪਹੁੰਚ ਜੂਗਾ ਤਾਂ ਵਧੀਆ ਚੀਜ਼ ਆ ਨਾ। ਗੌਰਵ ਲਾ ਫੋਨ, ਕਰ ਗੱਲ ਉਹਦੇ ਨਾਲ। ਗੌਰਵ ਹੈਲੋ। ਹਾਂ ਬਾਈ, ਦੁਕਾਨ 'ਤੇ ਹੋ? ਹਾਂਜੀ ਹਾਂਜੀ, ਦੁਕਾਨ 'ਤੇ ਦੁਕਾਨ 'ਤੇ ਹੀ ਆ। ਹਮਾਰੇ ਨਾ ਟਰੈਕਟਰ ਦੇ ਟਾਇਰ ਟੁੱਟ ਗਿਆ, ਤੇ ਉਹ ਲੈ ਕੇ ਆ ਰਹੇ ਹਾਂ ਦੁਕਾਨ 'ਤੇ ਹੀ ਰਹਿਣ। ਨਹੀਂ ਨਹੀਂ, ਉਹਨੂੰ ਉੱਥੇ ਸੱਦ ਲੈ ਖੇਤ। ਅੱਛਾ ਦੁਕਾਨ 'ਤੇ, ਚਲੋ ਦੁਕਾਨ 'ਤੇ ਹੀ ਆ, ਮੈਂ ਆ ਜਾਓ ਫਿਰ। ਜੇ ਉੱਥੇ ਮਾੜਾ ਮੋਟਾ ਲੋਟ ਹੋ ਜੂ ਤਾਂ ਉੱਥੇ ਦੇਖ ਲੈਣੀ ਖੇਤ ਸੱਦ। ਖੇਤ ਆ ਜਾਓ ਅਗਰ ਆ ਸਕੋ ਆਪ। ਚਲੋ ਠੀਕ ਆ, ਖੇਤ ਆਇਆ ਨਾ, ਕਿੰਨੇ ਸੈਕਟਰ 'ਚ ਹੈ? 35। ਚਲੋ ਠੀਕ ਹੈ, ਆ ਰਿਹਾ ਫਿਰ। ਚਲੋ ਆਪਾਂ ਵੀ ਚੱਲੀਏ, ਮਿਸਤਰੀ ਨੂੰ ਤਾਂ ਕਹਿਤਾ। ਅਤੇ ਬਾਈ ਜਾਂਦਾ ਵੇਖੋ ਤੁਸੀਂ, T7 ਯਾਰ ਝੋਟੇ ਜਿਹੇ ਵਰਗਾ ਟਰੈਕਟਰ ਹੈ। ਇੱਕ ਤਾਂ ਅਸੀਂ ਘਰ ਦਾ ਰਾਹ ਭੁੱਲ ਜਾਂਦੇ ਹਾਂ, ਕਹਿੰਦੇ ਜਾਣਾ ਕਹਾਂ ਹੈ। ਗੌਰਵ ਸਹੀ ਜਾ ਰਹੇ ਆਪਾਂ? ਹਾਂ ਸਹੀ ਜਾ ਰਹੇ, ਸਹੀ ਜਾ ਰਹੇ, ਸਹੀ ਜਾ ਰਹੇ। ਗੌਰਵ ਡਰਨਾ ਨਹੀਂ ਬਸ, ਗੌਰਵ ਬੇਟਾ ਡਰਨੇ ਕਾ ਨਹੀਂ। ਦੇਖੀ ਜਾਂਦਾ T7 ਦੀ ਬਾਈ ਕਟਾਈ ਬੜੀ ਘੈਂਟ ਆਈ ਯਾਰ, ਉੱਥੇ ਹੀ ਮੋੜਦਾ, ਇੱਥੇ ਜਿੱਥੇ ਘੁਮਾਉਣਾ ਉੱਥੇ। ਇੱਥੇ ਕੋਈ ਆਪਣੇ ਵਾਲਾ ਹੁੰਦਾ ਉਹਨੂੰ ਚਾਰ ਲੋਟਨੀਆਂ ਖਾ ਗਿਆ ਹੁੰਦਾ। ਗੌਰਵ ਬੇਟਾ ਆਵਾਜ਼ ਕਮ ਆ ਰਹੀ ਆ ਆਪਕੀ, ਮਾਈਕ ਨਾ ਮੂੰਹ ਮੇਂ ਡਾਲੋ। ਠੀਕ ਹੈ ਠੀਕ ਹੈ ਹਾਂਜੀ। ਅਤੇ ਲਓ ਵੀ ਆ ਗਏ ਘਰੇ ਬਾਈ, ਅਤੇ ਹੋਰ ਵੀ ਅੱਜ ਕਈ ਚੀਜ਼ਾਂ ਕਰਨ ਵਾਲੀਆਂ ਨੇ, ਅਤੇ ਉਹ ਵੀ ਤੁਹਾਨੂੰ ਦਿਖਾਉਂਦੇ ਹਾਂ ਵੀ ਕੀ ਹੈ ਨਾ। ਪਹਿਲਾਂ ਟਰੈਕਟਰ ਨੂੰ ਸਾਈਡ 'ਤੇ ਲਾਈਏ, ਕਿਉਂਕਿ ਅਸੀਂ ਸਫਾਈ ਪਸੰਦ ਬੰਦੇ ਹਾਂ। ਲਓ ਵੀ ਮੁੰਡੇ T7 ਲਾਤਾ ਆਪਾਂ ਇੱਥੇ, ਅਤੇ ਆਹ ਤੁਹਾਨੂੰ ਦਿਖਾਉਂਦੇ ਹਾਂ ਨਵੀਂ ਟਰਾਲੀ, ਅਤੇ ਇਹ ਵੀ ਤੁਹਾਨੂੰ ਕੁਛ ਮਿੰਟਾਂ ਦੇ ਵਿੱਚ ਦੱਸਦੇ ਹਾਂ ਵੀ ਇਹ ਕਿਉਂ ਅੱਜ ਆਪਾਂ ਲੈ ਕੇ ਆਏ। ਅਤੇ ਚਲੋ ਵੀ ਸੋਨਾਲੀਕਾ 'ਤੇ ਬਹਿੰਦੇ ਹਾਂ। ਸਟਾਰਟ ਪਹਿਲਾਂ ਹੀ ਖੜ੍ਹਾ ਸੀ ਪਤੰਦਰ, ਇਹ ਸਾਡੀ ਸੁਣ ਲੈਂਦਾ ਨਾ, ਅਸੀਂ ਰਿਮੋਟ ਕੰਟਰੋਲ ਰੱਖਿਆ ਹੋਇਆ, ਅਸੀਂ ਇਹਨੂੰ ਕਿਹਾ ਵੀ ਤੁਹਾਨੂੰ ਲੈ ਕੇ ਜਾਣਾ, ਇਹ ਕਹਿੰਦਾ ਮੈਂ ਗਰਮ ਹੁੰਦਾ ਆਪਣੇ ਆਪ ਹੀ। ਅਤੇ ਜਿਨ੍ਹਾਂ ਨੇ ਡਾਊਨਲੋਡ ਕਰ ਲਿਆ ਉਹ ਦੱਸੋ ਫਿਰ ਕਿੱਦਾਂ ਲੱਗਿਆ ਤੁਹਾਨੂੰ ਟਰੈਕਟਰ ਆਪਣਾ।
ਉਹ ਵੀ ਗੌਰਵ ਆਓ ਬੇਟਾ, ਟਰਾਲੀ ਡਾਲੋ ਇਸ ਵਿੱਚ, ਪਾਈਪਾਂ ਪੂਪਾਂ ਲਾ ਲਏ ਸਾਰੀਆਂ, ਓਕੇ ਲਓ ਜੀ। ਗੌਰਵ ਬੇਟਾ ਜੇ ਕਿਆ ਕਰਦੀ ਆ, ਆਪਣੇ ਲੱਤਾਂ ਖਾਣੀਆਂ ਕਿ ਲੱਥੇ ਖਾਣੇ ਨੇ, ਠੀਕ ਹੈ ਆ ਜਾਓ ਹੁਣ, ਐਸੇ ਤੂੰ ਆਪ ਕੇ ਚਪੇੜੇ ਬਹੁਤ ਪੜੇਗੀ, ਇਹ ਤਾਂ ਨਹੀਂ ਬਹਿ ਸਕਦੇ ਪੁੱਤਰ ਜੀ, ਤੁਰ ਕੇ ਆਓ। ਹਾਂ ਲਓ ਵੀ ਮੁੰਡੇ, ਕਹਿੰਦੇ ਵੀ ਸੋਨਾ ਲੀਕਾ 750, ਇਹਨੂੰ ਖਿੱਚਦੇ ਹੁਣ। ਜਾਂਦਾ ਵੇਖਿਓ ਬਾਈ, ਮੈਨੂੰ ਬਹੁਤ ਘੈਂਟ ਲੱਗਾ ਯਾਰ, ਜੇ ਤੁਹਾਨੂੰ ਵੀ ਵਧੀਆ ਲੱਗਿਆ ਤਾਂ ਤੁਸੀਂ ਵੀ ਦੱਸਿਓ। ਓਏ ਹੋਏ ਹੋਏ, ਆਵਾਜ਼ ਸੁਣ ਸੁਣ ਕੇ ਸਾਲਾ ਬੰਦਾ ਜੀ ਖੁਸ਼ ਹੋ ਜਾਂਦਾ। ਓਏ ਹੋਏ 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 ਹੋਏ, ਓਏ ਹੋਏ, ਬੱਲੇ 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 ਬੱਲੇ, ਕਿਆ ਬਾਤ ਹੈ ਬਈ, ਤੁਸੀਂ ਆਵਾਜ਼ ਸੁਣੋ ਯਾਰ ਟਰੈਕਟਰ ਦੀ, ਦੇ ਇੱਥੋਂ ਤਾਂ ਆਪਾਂ ਇੱਧਰ ਦੀ ਕੱਢ ਦਿਆਂਗੇ, ਕਿਉਂਕਿ ਆਪਣੇ ਯਾਰਾਂ ਬੇਲੀਆਂ ਦਾ ਹੀ ਖੇਤ ਹੈ ਇੱਥੋਂ। ਓਏ 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 ਹੋਏ 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 ਹੋਏ, ਡਰਨਾ ਨਹੀਂ ਬਸ, ਡਰਨਾ ਤਾਂ ਜਮਾਂ ਹੀ ਨਹੀਂ, ਡਰਨਾ ਤਾਂ ਹਈਓ ਨਹੀਂ। ਜਾਂਦਾ ਵੇਖੋ ਯਾਰ, ਓਏ ਹੋਏ ਬਾਈ, ਟਰਾਲੀ ਜੀ ਖੰਡਾਈ ਤੁਰਿਆ ਆਉਂਦਾ ਟਰੈਕਟਰ, ਤੁਸੀਂ ਇੱਥੋਂ ਚੈੱਕ ਕਰੋ। ਕਹਿੰਦੇ ਝੋਟਾ ਹੀ ਰੱਖਿਆ, ਦਵਾਤਾ ਹੀ ਠੀਕ, ਗਲਤੀ ਹੋ ਗਈ ਸੀ ਹੁਣ ਪਤਾ ਲੱਗੇ। ਅਤੇ ਬਾਈ ਆਪਾਂ ਰਾਊਂਡ ਅਬਾਊਟ ਵੀ ਪਿਛਲੀ ਵਾਰ ਗਲਤ ਮੁੜ ਗਏ ਸੀ, ਇਹ ਬਾਹਰਲੇ ਰਾਊਂਡ ਅਬਾਊਟ ਤਾਂ ਆਪਾਂ ਇੱਧਰ ਜਾਣਾ ਪੈਣਾ, ਆਪਾਂ ਇੰਡੀਅਨ ਤਰੀਕੇ ਨਾਲ ਮੁੜੇ ਸੀ। ਚਲੋ ਕੋਈ ਨਹੀਂ, ਗਲਤੀ ਫਲਤੀ ਮਾਫੀ। ਸੜਕਾਂ ਬੜੀਆਂ ਭੀੜੀਆਂ ਯਾਰ ਇੱਥੇ। ਚਲ ਹੁਣ ਮਿਸਤਰੀ ਜੀ ਆ ਗਿਆ ਹੋਵੇ ਤਾਂ ਬੈਟਰ ਹੈ, ਅਤੇ ਸ਼ੋਰ ਜਿਹਾ ਵੀ ਮਤਲਬ ਪਿੱਛੇ ਪਿੱਛੇ ਆਉਂਦਾ। ਓਏ ਹੋਏ 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 ਹੋਏ, ਬਈ ਆਹ ਉੱਥੇ ਕੱਲ੍ਹ ਤੁਹਾਨੂੰ ਪਤਾ ਇੱਥੇ ਟਰੈਕਟਰ ਇੱਥੇ ਡਿੱਗਾ ਸੀ ਪਹਿਲਾਂ ਆਪਣਾ, ਉੱਥੇ ਮਤਲਬ ਮਾੜਾ ਮਾੜਾ ਨਟ ਨੁਟ ਢਿੱਲਾ ਹੋਇਆ ਅਤੇ ਆਪਾਂ ਧਿਆਨ ਨਹੀਂ ਦਿੱਤਾ, ਅਤੇ ਉਦੋਂ ਬਾਅਦ ਫਿਰ ਕੰਮ ਹੀ ਹੋ ਗਿਆ। ਅਤੇ ਲਓ ਵੀ ਓਏ 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 ਓਏ, ਉਹ ਹੋ ਗਿਆ ਕੰਮ, ਹੋ ਗਿਆ ਬਚਤ ਰਹੀ, ਓਹੋ ਹੋ
ਕਿਆ ਬਾਤ ਆ ਕਹਿੰਦੇ ਕਿਆ ਬਲਾ ਉਹ ਆ ਗਿਆ ਮਿਸਤਰੀ ਵੀ ਬਈ ਕਰਤਾ ਸੀ ਕਹਿੰਦੇ ਸੋਨਾ ਲੀਕਾ ਦਾ ਕੰਮ ਬਟ ਕਿੱਥੇ ਦੱਬਦੇ ਆ ਜੜਵੈੜ ਅਤੇ ਬਾਈ ਆਹ ਖੜਾ ਟਰੈਕਟਰ ਇੱਥੇ ਖੜਾ ਕੇ ਛੱਡ ਗਏ ਸੀ ਕਿਉਂਕਿ ਕੰਮ ਇਹਦਾ ਹੋ ਚੱਲਿਆ ਸੀ ਤਾਂ ਅਸੀਂ ਨਹੀਂ ਚਾਹੁੰਦੇ ਸੀ ਹਾਂਜੀ ਕਿੱਦਾਂ ਕੀ ਹਾਲ ਚਾਲ ਆ ਬਾਈ ਬੜੇ ਟਾਈਮ ਬਾਅਦ ਤੁਸੀਂ ਚੇਤੇ ਕੀਤਾ ਉਹ ਫੋਨ ਹੀ ਨਹੀਂ ਕਰਦੇ ਸਾਨੂੰ ਯਾਰ ਅਸੀਂ ਆਪ ਹੀ ਖੋਲ੍ਹ ਲੈਂਦੇ ਨਾ ਟਰੈਕਟਰ ਅੱਜ ਕੱਲ੍ਹ ਸਾਨੂੰ ਲੋੜ ਹੀ ਨਹੀਂ ਪੈਂਦੀ ਉਹ ਸਾਡੇ ਵਾਲਾ ਸ਼ੋਰ ਜਿਹਾ ਹੈਗਾ ਅੱਜ ਉਹ ਬੰਦ ਕੀਤੇ ਆ ਭਰਾਵਾ ਅੱਜ ਉਹ ਸ਼ੋਰ ਅੱਜ ਸਾਡੇ ਵਾਲਾ ਸ਼ੋਰ ਹੈ ਨਹੀਂ ਤਾਂ ਕਰਕੇ ਤਾਂ ਸਾਡੀ ਤੈਨੂੰ ਅੱਛਾ ਉਹ ਇਹਦੀਆਂ ਪੈਪਾਂ ਮਾਰੋ ਇਹ ਲਾ ਕਿੱਧਰ ਰਹਿ ਗਿਆ ਯਾਰ ਛੋਟਾ ਆਹ ਪੈਪਾਂ ਲਾਈ ਯਾਰ ਆ ਕੇ ਉਹ ਆਉਂਦਾ ਗੱਡੀ ਲਈ ਉਹ ਵੀ ਅਤੇ ਲਓ ਜੀ ਲਾ ਲਈਆਂ ਬਾਈ ਪੈਪਾਂ ਔਖੇ ਸੌਖੇ ਹੋ ਕੇ ਅਤੇ ਹੁਣ ਟਰੈਕਟਰ ਚੜ੍ਹਾਉਣੇ ਉੱਤੇ ਅਤੇ ਇਹਨੂੰ ਕਰ ਲਈਏ ਬੰਦ ਅਤੇ ਮਿਸਤਰੀ ਨਾਲ ਰਾਇ ਰੂ ਕਰੀਏ ਅਤੇ ਦੱਸ ਮਿਸਤਰੀ ਆ ਫਿਰ ਆਹ ਹੋ ਗਿਆ ਯਾਰ ਮੂਹਰੋਂ ਇਹ ਤਾਂ ਪਤਾ ਕੀ ਹੈ ਇਹ ਤਾਂ ਆਪਾਂ ਨੂੰ ਉੱਥੇ ਲਿਜਾਣਾ ਪੈਣਾ ਆ ਕੀ ਕਹਿੰਦੇ ਹੁੰਦੇ ਆ ਮੇਰੀ ਸ਼ੋਪ 'ਤੇ ਇਹਦਾ ਕੰਮ ਕੁੰਮ ਵਾਹਵਾ ਹੋਣੇ ਵਾਲਾ ਆ ਯਾਰ ਆਹ ਪਤਾ ਕੀ ਹੋਇਆ ਉਹ ਚੌੜ ਕਰਦੇ ਕਰਦੇ ਯਾਰ ਉੱਥੇ ਮਾੜਾ ਜਿਹਾ ਉਹ ਕਰ ਲਿਆ ਬਸ ਚੱਲ ਮੈਂ ਇੱਕ ਮਿੰਟ ਲਓ ਵੀ ਮੁੰਡੇ ਉਹ ਚਾੜ੍ਹਦਾ ਟਰੈਕਟਰ ਪਤਾ ਹਾਂ ਠੀਕ ਆ ਬਹੁਤ ਔਖਾ ਚਾੜਿਆ ਤਾਂ ਕਰਕੇ ਤੁਹਾਨੂੰ ਦਿਖਾਇਆ ਨਹੀਂ ਕਿਉਂਕਿ ਵੀਡੀਓ ਦੇ ਵਿੱਚ ਯਾਰ ਫਿਰ ਬਹੁਤ ਟਾਈਮ ਲੱਗ ਜਾਂਦਾ ਅਤੇ ਉਤਰੋ ਛੋਟੂ ਚੁਟਕੀ ਆ ਜਾਓ ਫਿਰ ਚਲੀਏ ਮੁੰਡੇ ਨੂੰ ਡਰਾਈਵਰ ਲੈ ਕੇ ਦਿੱਤੀ ਹੈ ਛੋਟੀ ਮੋਟੀ ਗੱਲ ਹੈ ਸਰਦਾਰਾਂ ਦਾ ਕਾਕਾ ਹੈ ਤੇ ਲੋ ਮੁੰਡੇ ਕਰੀਏ ਬੈਕ ਤੇ ਉਹ ਆਪਾਂ ਭੇਜਤੇ ਤੇ ਗੱਲ ਕਰ ਨਹੀਂ ਆ ਖੜਾ ਉਹ ਮੈਨੂੰ ਦਿਖੇ ਨਹੀਂ ਗੱਡੀ ਚੱਲ 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 ਬਦਲਾਵਾਂਗੇ ਬਦਲਾਵਾਂਗੇ ਕਰਦੇ ਹਾਂ ਗੱਲ ਅੱਜ ਮਿਸਤਰੀ ਨਾਲ ਸਾਰਾ ਕੋਈ ਟੈਨਸ਼ਨ ਨਾ ਲੈ ਤੁਸੀਂ ਲਵਾ ਦਿਓ ਪੈਸੇ ਬਸ ਜਿਹੜੀ ਫਸਲ ਵੇਚੀ ਨਾ ਉਹਦੇ ਪਹਿਲਾਂ ਪੈਸੇ ਲਾ ਲਓ ਖਰਚ ਦਿਓ ਟੈਨਸ਼ਨ ਨਾ ਲਿਓ ਕਰ ਦਿਓ ਨੰਗ ਤੁਸੀਂ ਕਰਜ਼ਾ ਚੁਕਵਾਓ ਮੈਨੂੰ ਆਹ ਕਰਵਾ ਦਿਓ ਆਹ ਕਰਵਾ ਦਿਓ ਹੋਏ 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 ਬਈ ਬਹੁਤ ਔਖਾ ਕੰਮ ਹੈ ਬੱਲੇ 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 ਹੋਏ 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 ਚੱਲ 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 ਲਓ ਵੀ ਮੁੰਡੇ ਚੱਲਦੇ ਹਾਂ ਆਪਾਂ ਹੁਣ ਮਿਸਤਰੀ ਦੇ ਘਰ ਚੱਲ ਉਹ ਸੋਰੀ ਦੁਕਾਨ 'ਤੇ ਉਹ ਗੱਡੀ ਲਾ ਮੂਹਰੇ ਓਏ ਮੈਨੂੰ ਪਤਾ ਨਹੀਂ ਰਸਤਾ ਉਹਦੇ ਘਰ ਉਹਦੀ ਦੁਕਾਨ ਦਾ ਕੱਢ ਇੱਧਰੋਂ ਇੱਧਰ ਦੀ ਕੱਢ ਲੈ ਸਾਈਡ ਦੀ ਚੱਲ 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 ਤੋਰ ਹੌਲੀ ਪਿਆਰ ਜਿਹਾ ਤੋਰੀ ਚੱਲ
ਪਿਛੋਰੀ ਓਏ 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 ਚੱਲ ਤੋਰੀ ਚੱਲ ਹੁਣ ਭੈਣ ਦਾ ਵੀਰ ਰਹਿਣ ਦੇ ਕੋਈ ਨਾ ਤੂੰ ਚੱਲ ਮੇਰਾ ਵੀਰ ਹੈ ਦੇਖ ਦੇਖ ਦੇਖੋ ਡਰਾਈਵਰੀ ਦੇਖੋ ਫਿਰ ਕਹਿੰਦੇ ਸਾਨੂੰ ਗੱਡੀ ਨਹੀਂ ਫੜਾਉਂਦਾ ਉਹ ਦੇਖ ਜਾਂਦੀ ਨਾ ਭੈਣ ਦਾ ਲੋਟ ਨਹੀਂ ਹੋ ਤੁਰੇ ਜਾਂਦੇ ਭਾਜੀ ਇਹਨਾਂ ਨੇ ਟਾਇਰ ਬਦਲਾਉਣੇ ਇਹਦੇ ਅਰਮਾਨ ਭਾਈ ਉਹਨੇ ਚਮਲਾਇਆ ਜਿਹੜਾ ਤੈਨੂੰ ਨਾ ਤੂੰ ਲੱਤਾਂ ਉਹ ਪਾਲਦਾ ਕੀ ਚੱਕਰ ਪੈ ਗਿਆ ਇੱਥੇ ਆਜੋ ਆਜੋ ਕੋਈ ਟਰਾਲੀ ਲੱਗ ਗਈ ਤਰੀਕੋ ਲੱਗਦੀ ਇੱਥੇ ਪੂਰੀ ਪੂਰੀ ਜਗ੍ਹਾ ਹੈ ਯਾਰ ਇੱਥੇ ਸਿਆਪਾ ਕੱਢ ਕੱਢ ਲਿਆ ਔਖੇ ਸੌਖੇ ਟਰੈਕਟਰ ਆਪਾਂ ਮਤਲਬ ਪਹੁੰਚਣ ਵਾਲੇ ਆਪਾਂ ਮਿਸਤਰੀ ਦੀ ਦੁਕਾਨ ਪਰ ਬੜੀ ਵੱਡੀ ਆ ਜਗ੍ਹਾ ਜੀ ਮੱਲੀ ਬੈਠਾ ਲੈ ਵੀ ਮਿਸਤਰੀਆ ਵੈਲਕਮ ਆ ਤੁਹਾਡਾ ਆਪਣੇ ਆ ਛੋਟੇ ਜਿਹੇ ਵੇਅਰ ਹਾਊਸ ਚੰਗਾ ਉੱਚੀ ਬੋਲ ਮੈਂ ਕਿਹਾ ਵੈਲਕਮ ਆ ਤੁਹਾਡਾ ਗੱਲ 'ਚ ਫਸਿਆ ਕੁਛ ਸਾਡੇ ਛੋਟੇ ਜਿਹੇ ਵੇਅਰ 'ਚ ਵੇਅਰ ਉਹ ਮੈਂ ਦਰਅਸਲ ਨਾ ਫੋਨ ਆਇਆ ਸੀ ਉੱਧਰ ਗੱਲ ਕਰਦਾ ਹਾਂ ਹਾਂਜੀ ਤੇ ਲੱਭ ਗਿਆ ਸਾਡੇ ਛੋਟੇ ਜਿਹੇ ਵੇਅਰ ਲੱਭ ਗਿਆ ਓਏ ਆਹ ਫਲੈਗ ਟਰੈਕਟਰ ਤੇ ਲਾਉਣ ਨੂੰ ਲੈ ਖਾਲਸ ਭਾਈ ਆਪਾਂ ਨਾਲ ਟਰਾਲੀਆਂ ਟਰੂਲੀਆਂ ਦਾ ਵੀ ਕੰਮ ਸ਼ੁਰੂ ਕੀਤਾ ਨਾ ਹੁਣ ਉੱਥੇ ਫਿਰ ਅਸੀਂ ਝੰਡੇ ਵਗੈਰਾ ਲਾਉਂਦੇ ਹਾਂ ਟਰੈਕਟਰਾਂ ਤੇ ਲਾਉਂਦੇ ਹਾਂ ਉਹ ਨਵਾਂ ਸਟਾਕ ਆਇਆ ਸੀਗਾ ਓਕੇ ਤੇ ਪਰ ਮੈਨੂੰ ਬੜਾ ਰੱਖਿਆ ਹੋਇਆ ਕੰਮ ਮੈਨੂੰ ਬੜਾ ਇਹ ਚੀਜ਼ ਦੀ ਮੈਨੂੰ ਲੋੜ ਸੀ ਯਾਰ ਬੜਾ ਮੈਨੂੰ ਬਹੁਤ ਵਧੀਆ ਲੱਗਿਆ ਠੀਕ ਹੈ ਅਸੀਂ ਟਰੈਕਟਰ ਦੇ ਲਵਾਉਣੇ ਆਪਾਂ ਕਰਦੇ ਹਾਂ ਤਿਆਰ ਤੇ ਟਰਾਲੀ ਕੰਟਰੋਲਰ ਦਾ ਵੀ ਕੰਮ ਕਰਦੇ ਹੋ ਟਰਾਲੀਆਂ ਹਾਂ ਟਰਾਲੀਆਂ ਦਾ ਵੀ ਸ਼ੁਰੂ ਕੀਤਾ ਹੈ ਹਾਲੇ ਪਰ ਆਪਾਂ ਆਪਣੀਆਂ ਨਹੀਂ ਵੇਚਦੇ ਹੁਣ ਜਿੱਦਾਂ ਔਨ ਡਿਮਾਂਡ ਹੀ ਕਰਦੇ ਹਾਂ ਫਿਲਹਾਲ ਓਕੇ ਤੇ ਡੈਕ ਡੁੱਕ ਦਾ ਕੰਮ ਆ ਜੇ ਤਾਂ ਕਰ ਦਿੱਤਾ ਡੈਕ ਦਾ ਕੰਮ ਵੀ ਹੈਗਾ ਆਪਾਂ ਕੋਲ ਫੇਰ ਤਾਂ ਠੀਕ ਹੈ ਦੋਨੋਂ ਹੀ ਕੰਮ ਹੈ ਆਹ ਜਿਹੜਾ ਅੰਦਰ ਆਪਣਾ ਏਡੀ ਵੱਡੀ ਫੈਕਟਰੀ ਹੈ ਸਾਰੇ ਪਾਸੇ ਅੰਦਰ ਬਾਰਿਸ਼ ਲੱਗੀ ਆ ਬਥੇਰੇ ਵਰਕਰ ਆਪਾਂ ਓਕੇ 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 ਸਾਡੇ ਵਾਲਾ ਯਾਰ ਸਾਡੇ ਵਾਲਾ ਵੀ ਆ ਸਾਡੇ ਕੋਲ ਲੱਗਿਆ ਹੋਇਆ ਡੈਕ ਤਾਂ ਮੈਂ ਚਲਾ ਕੇ ਦਿਖਾਉਣਾ ਅੱਛਾ ਫੋਨ ਚੱਕਣ ਦੇ ਮੈਨੂੰ ਖੜ ਜਾ ਆਪਾਂ ਗਾਣਾ ਥੋੜਾ ਲਾ ਸਕਦੇ ਨਾ ਪਿੱਛੇ ਹਾਂ ਹਾਂ ਲਾਓ ਲਾਓ ਇੱਕ ਮਿੰਟ ਕੋਈ ਚੱਕਰ ਨਹੀਂ ਤੁਰਿਆ ਕਿੱਧਰ ਇਹ ਗੇਅਰ 'ਚ ਨਹੀਂ ਆ ਨਿਊਟਰਲ ਹੋਇਆ ਵਾ ਪਿੱਛੇ ਭਾਰ ਵੀ ਤਾਂ ਇੰਨਾ ਹੁਣ ਮੈਂ ਗਾਣਾ ਲਾਵਾਂ ਕਾਹਤੇ ਯਾਰ
ਸਪੋਟੀਫਾਈ ਤੇ ਯੂਟਿਊਬ ਹਾਂ ਉਹੀ ਦੇਖਦਾ ਯੂਟਿਊਬ ਤੇ ਲਾਵਾਂਗੇ ਅਰਜਨ ਵੈਲੀ ਨੇ ਅਰਜਨ ਵੈਲੀ ਨੇ ਗਾਣਾ ਲਾਓ ਬੜਾ ਜ਼ਬਰਦਸਤ ਗਾਣਾ ਹੈ ਵੀ ਹਜੇ ਤੂੰ ਚੱਲ ਬੋਲੀ ਚੱਲ ਮੈਂ ਤਾਂ ਹਜੇ ਕੱਟ ਲਾਊਂਗਾ ਇੱਥੋਂ ਮੈਂ ਇੱਦਾਂ ਨਹੀਂ ਲਾਉਣਾ ਤੇ ਚੱਲ ਮੈਂ ਤੈਨੂੰ ਗਾਣਾ ਸੁਣਾਉਣਾ ਚੈੱਕ ਕਰੀ ਕਿਵੇਂ ਲੱਗਿਆ ਇਹ ਲੱਗ ਗਿਆ ਯਾਰ ਬਾਬਾ 10,000 ਦੇ ਉਦੋਂ ਤਾਂ ਸਸਤਾ ਹੀ ਸੀ ਪੁਰਾਣਾ ਲੱਗਿਆ ਹੋਇਆ ਨਾ ਤਾਂ ਕਰਕੇ ਹੁਣ ਮੈਂ ਦੇਖਿਆ ਨਾ ਹੁਣ ਇਹ ਵਾਲੀ ਕੁਆਲਿਟੀ ਵਾਲੇ ਹੁਣ ਨਹੀਂ ਆਉਂਦੇ ਬਹੁਤ ਪੁਰਾਣਾ ਲੱਗਿਆ ਲੱਗਦਾ ਠੀਕ ਹੈ ਅਤੇ ਫਿਰ ਮੈਂ ਟਰਾਲੀ ਸਾਡੇ ਕੋਲ ਹੈ ਇੱਕ ਠੀਕ ਹੈ ਅਤੇ ਫਿਰ ਮੈਂ ਛੋਟੇ ਨੂੰ ਕਹਿਣਾ ਅਤੇ ਚੱਲ ਫਿਰ ਐਂ ਕਰ ਜਾ ਪਾ ਕੇ ਲਿਆ ਗੱਡੀ ਮਗਰੀ ਲੈ ਗੱਡੀ ਲੈ ਜਾ ਅਤੇ ਠੀਕ ਹੈ ਅਤੇ ਆਹ ਟਰੈਕਟਰ ਤਾਂ ਮੈਂ ਇੱਥੇ ਖੜਾ ਜਾਂਦਾ ਤੇਰੇ ਕੋਲ ਕਿਉਂਕਿ ਸਾਨੂੰ ਬਾਰ ਬਾਰ ਅੱਜ ਹੀ ਲਿਆ ਟਰਾਲੀ ਇੱਥੇ ਟਰਾਲੀ ਤਾਂ ਉਹਨੂੰ ਕਿਹਾ ਹੁਣ ਲਿਆਊਗਾ ਜਾ ਕੇ ਹਾਂ ਸਾਡੇ ਕੋਲ ਕੰਮ ਵੱਧ ਜਾਣਾ ਅਤੇ ਔਖਾ ਹੋ ਜਾਣਾ ਛੇਤੀ ਜਾਓ ਏ ਆ ਵੀ ਜਾਂ ਐਂ ਕਰ ਛੱਡ ਮੈਂ ਹੀ ਜਾਂਦਾ ਰਹਿੰਦੇ 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 ਤੇਰੇ ਬੱਸ ਦੀ ਗੱਲ ਨਹੀਂ ਹੈ ਮੈਨੂੰ ਪਤਾ ਉਤਰ ਜਾ ਉਤਰ ਮੇਰਾ ਬੇਟੇ ਚੱਲ ਮੈਂ ਆਉਣਾ ਲੈ ਕੇ ਟਰਾਲੀ ਅਤੇ ਆ ਆਪਾਂ ਜਦ ਤੱਕ ਆਪਾਂ ਹਾਂ ਲਾ ਲੈਂਦੇ ਹਾਂ ਅਨਲੋਡ ਕਰ ਲੈਂਦੇ ਇਹਨੂੰ ਹਾਂ ਬਸ ਜਿਹੜਾ ਤੁਹਾਨੂੰ ਕੰਮ ਕਿਹਾ ਉਹੀ ਕਰਿਓ ਠੀਕ ਹੈ ਕਹਿੰਦੇ ਚੱਲੇ ਹਾਂ ਯਾਰ ਹੋਰੀ ਰਸਤਾ ਕੋਈ ਸੌਖਾ ਨਹੀਂ ਇੱਥੋਂ ਕੋਈ ਆਪਣਾ ਜਾਣ ਦੇ ਲਈ ਘਰ ਨੂੰ ਨਹੀਂ ਉੱਧਰ ਹੀ ਜਾਣਾ ਪੈਣਾ ਹੈ ਜਾਣਾ ਪੈਲੀ ਨੇ ਹੱਥ ਜੋੜ ਕੇ ਗੰਡਾਸੀ ਮਾਰੀ ਓਏ ਹੋਏ ਹੋਏ ਓਏ ਟ੍ਰੇਨ ਆਉਣ ਵਾਲੀ ਓਏ ਕਿੰਨਾ ਕੁ ਟਾਈਮ ਲਾਊ ਟ੍ਰੇਨ ਯਾਰ ਹੁਣ ਇੱਥੋਂ ਵੇਟ ਕਰਨੀ ਪੜੇਗੀ ਰੇ ਮੁੰਡੇ ਉਹ ਟ੍ਰੇਨ ਦੀ ਵੇਟ ਕਰਦੇ ਪਏ ਆ ਇਹ ਮੇਰੇ ਸਾਲੇ ਮੁੱਲਾ ਕੱਲਾ ਡੱਬਾ ਹੀ ਲਈ ਫਿਰਦੇ ਆ ਯਾਰ ਹੈ ਵੀਰ ਇਹ ਕੱਲਾ ਡੱਬਾ ਹੀ ਲਈ ਫਿਰਦੇ ਆ ਚਲੋ ਕੋਈ ਬਾਤ ਨਹੀਂ ਖੋਲ ਦਿਓ ਭਾਈ ਹੁਣ ਯਾਰ ਤਾਂ ਬਹੁਤ ਵੇਟ ਕਰਾਉਂਦੇ ਇੱਦਾਂ ਇੰਨੇ ਟਾਈਮ ਅਸੀਂ ਵਾਪਸ ਆ ਜਾਂਦੇ ਚਲੋ ਖੜੇ ਰਹੋ ਸੌ ਨਾ ਜਾ ਮੇਰੇ ਘੜੀ ਸ਼ੁਕਰ ਆ ਸ਼ੁਕਰ ਆ ਸ਼ੁਕਰ ਦਾਤੇ ਆ ਲੋ ਵੀ ਮੁੰਡੇ ਕਹਿੰਦੇ ਜਾਂਦੀ ਆ ਡਰਾਈਵਰ ਫਾਕੇ ਵੜਦੀ ਹੈ ਚਲੋ ਲਿਆਉਣਾ ਫਿਰ ਮੈਂ ਮਗਰ ਪਾ ਕੇ ਯਾਰ ਇਹਦੇ ਮਗਰ ਤਾਂ ਪੈਂਦੀ ਹੈ ਨਹੀਂ ਇਹ ਕੀ ਕਰੀਏ ਟਰਾਲੀ ਪੈ ਜਾਂਦੀ ਸੀ ਯਾਰ ਇਹਦੇ ਮਗਰ ਹੁੱਕ ਜੀ ਲਵਾਈ ਤਾਂ ਹੈ ਚੱਲ ਕੋਈ ਨਾ ਫਿਰ ਇੱਦਾਂ ਕਰਦੇ ਨੂੰ ਇੱਥੇ ਖੜਾ ਦਿੰਦੇ ਸਾਈਡ 'ਤੇ ਲਾ ਕੇ T7 ਮਗਰ ਹੀ ਪਾਉਂਦੇ ਫਿਰ ਉਹੀ ਜਾਊ ਦੇਖੀ ਫਿਰ ਗੋਲੀ ਵਾਂਗੂ ਹੋਰ ਲੈ ਕੇ ਚੱਲ ਗਏ ਇੱਦਾਂ ਕਰਦੇ ਫਿਰ T7 ਵੀ ਨਹੀਂ ਲੈ ਕੇ ਜਾਂਦੇ ਝੋਟਾ ਲੈ ਕੇ ਚੱਲਦੇ ਫਿਰ
ਨਹੀਂ ਯਾਰ ਫਿਰ ਰੈ ਬਦਲ ਗਈ, ਨਾ ਟਕਿਆ ਛੱਡ ਕੇ ਆਉਂਦੇ ਨਾ ਡੈੱਕ ਦਾ ਕਿਹਾ ਵਾ ਕਿ ਨਾ ਟਰਾਲੀ ਦੋਨੇ ਕੰਮ ਹੋ ਜਾਣਗੇ। ਠੀਕ ਹੈ ਲਓ ਵੀ ਮੁੰਡੇ ਕਰ ਲਿਆ, ਕਹਿੰਦੇ ਨਾ ਟਕਿਆ ਸਟਾਰਟ ਅਤੇ ਇਹਦੇ ਲਵਾਵਾਂਗੇ ਹੁਣ ਬੰਪਰ ਅਤੇ ਲਵਾਵਾਂਗੇ ਡੈੱਕ, ਇਹਨੂੰ ਛੱਡ ਕੇ ਆਉਂਦੇ। ਬਸ ਤੁਸੀਂ ਮੈਨੂੰ ਮਾਫ਼ੀ ਦਿਓ ਵੀ ਕੰਨ ਬਹੁਤ ਖਾਂਦਾ ਹੈ, ਅਤੇ ਹੋ ਸਕਦਾ ਤੁਹਾਨੂੰ ਕਹਿ ਦਿੰਦੇ ਵੀ ਇਹਦੇ ਕੋਈ ਬੰਸਰੀ ਬੁੰਸਰੀ ਪਾ, ਇਹ ਵਾਜਾਂ ਕੱਢੋ ਹੋ ਗਏ। ਟਰਾਲੀ ਚੈੱਕ ਕਰੋ ਬਾਈ ਯਾਰ, ਤੁਸੀਂ ਟਰਾਲੀ ਵਾਲਾ ਤਾਂ ਸਿਰੇ ਹੀ ਬੋਲਣਾ ਇੱਦਾਂ ਬਹਿਨੇ ਆ। ਕਹਿੰਦੇ ਇਹ ਨਾਟ 11 ਦੀ ਗੱਲ ਵੱਖਰੀ ਹੈ, ਇਹ ਭੱਜਦਾ ਨਾ ਆਸੇ ਪਾਸੇ ਦੇਖਣਾ ਹਟਾ ਆਉਂਦਾ ਲੋਕਾਂ ਨੂੰ, ਆਪਾਂ ਨੂੰ ਵੀ ਹਟਿਆ ਕਈ ਵਾਰ ਜਦੋਂ ਦੋ ਲੋਟੀਆਂ ਖਾਧੀਆਂ, ਕਹਿੰਦੇ ਮੇਰੇ ਵੀਰੋ ਨਾ ਹਟ ਗਿਆ ਨਾ, ਕਹਿੰਦੇ ਆ ਪੱਲੇ 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 ਮੰਨ ਦਿਓ ਮੰਨ ਦਿਓ ਬਸ ਮੰਨ ਜਾਓ। ਵਾਹ ਜੀ ਵਾਹ, ਕਹਿੰਦੇ ਕੀ ਹੋ ਗਿਆ ਸੀ? ਬਸ ਉਹੀ ਹੋ ਗਿਆ ਸੀ ਜਿਹੜਾ ਡਰ ਸੀ, ਅਤੇ ਡਰਾਈਵਰ ਤਕੜਾ ਸੀ ਇਹਦਾ ਸੰਭਾਲ ਗਿਆ। ਬਾਕੀ ਪਤਾ ਤਾਂ ਲੱਗ ਹੀ ਗਿਆ ਹੋਣਾ ਕੀ ਗੱਲ ਹੋ ਗਈ ਸੀ ਪਿੱਛੇ ਨਾ, ਚਲੋ ਕੋਈ ਬਾਤ ਨਹੀਂ, ਇਹ ਤਾਂ ਨਿੱਕੀਆਂ ਮੋਟੀਆਂ ਗੱਲਾਂ ਹੁੰਦੀਆਂ ਰਹਿੰਦੀਆਂ ਨੇ ਮੇਰੇ ਵੀਰੇ। ਉਹ ਮੋੜ 'ਤੇ ਕਹਿੰਦੇ ਹੌਲੀ ਰੱਖਣਾ ਪੈਣਾ, ਚੱਲ ਪਹੁੰਚਣ ਵਾਲੇ ਆਪਾਂ, ਫਾਟਕ ਦੁਬਾਰੇ ਨਾਲ ਲੱਗ ਗਿਆ ਹੋਵੇ ਯਾਰ, ਇੱਥੇ ਹੌਲੀ ਰੱਖਣਾ ਪੈਂਦਾ ਕਿਉਂਕਿ ਟਰਾਲੀ ਨਾ ਸਾਡੀ ਬੜੀ ਸ਼ਰਾਰਤੀ ਹੈ, ਉਲਟ ਜਾਤੀ ਹੈ। ਲਓ ਵੀ ਮੇਰੇ ਵੀਰੋ ਲਓ ਮੇਰੇ ਵੀਰੋ, ਕਹਿੰਦੇ ਕੀ ਹੋ ਗਿਆ ਕੀ ਹੋ ਗਿਆ ਕੀ ਹੋ ਗਿਆ, ਫਾਟਕ ਖੁੱਲ੍ਹੇ ਹੀ ਪਿਆ। ਫਿਰ ਗਲਤ ਮੋੜਤਾ ਆਪਾਂ ਯਾਰ, ਇਹ ਸਿੱਖਾਂਗੇ ਹੌਲੀ ਹੌਲੀ, ਕਿਉਂਕਿ ਅਸੀਂ ਇਹ ਕਨੇਡਾ ਅਮੈਰੀਕਾ ਵਾਲਾ ਰਾਉਂਡ ਅਬਾਊਟ ਆ, ਤਾਂ ਕਰਕੇ ਤੁਹਾਨੂੰ ਟਾਲ ਇਟਲੀ ਦੇ ਵਿੱਚ ਹੋ ਚੁੱਕੀ ਇੱਦਾਂ ਨਹੀਂ ਯਾਰ, ਇਟਲੀ ਦੇ ਵਿੱਚ ਪੁੱਠੇ ਪਾਸੇ ਕਿੱਦਾਂ ਹੋ ਸਕਦਾ ਪਤਾ ਨਹੀਂ, ਚੱਲ ਹੋਊਗਾ ਯਾਰ ਛੱਡੋ। ਆਪਾਂ ਇੱਥੇ ਪਹੁੰਚਿਆ ਅਤੇ ਲਓ ਵੀ ਮੁੰਡੇ ਪਹੁੰਚ ਗਏ, ਉਹ ਸੋਲਾਂ ਲੀਆਂ ਕੱਢੀ ਖੜਿਆ ਮੁੰਡਾ ਕੰਮ ਘੁੰਮਣਾ ਕਰਦੇ ਹੁਣ ਕੋਈ, ਅਤੇ ਚੱਕੋ ਇੱਥੇ ਲਾ ਦਈਏ ਅਤੇ ਲਓ ਵੀ ਮਿਸਤਰੀ ਦਿਖਾ ਦਈਏ ਟਰਾਲੀ। ਹਾਂਜੀ ਲਿਆ ਟਰਾਲੀ। ਹਾਂ ਬਈ ਟਰਾਲੀ ਲਿਆ ਆ, ਆਹ ਟਰਾਲੀ ਹੈ ਅਤੇ ਇਹਦੇ ਉੱਤੇ ਦੇਖ ਤੂੰ ਮਤਲਬ ਸਿਰਾ ਜਿਹਾ ਕਰਾ ਦੀ ਕੰਮ, ਠੀਕ ਹੈ ਉਹ ਨਾ ਹੋਵੇ ਤਾਂ ਕਰਾ ਦਾਂਗੇ, ਬਟ ਕੰਮ ਇਹਦਾ ਟਰਾਲੀ ਮੈਨੂੰ ਤਾਂ ਐਕਸਟਰਾ ਵੱਡੀ ਕਰਵਾਈ ਜਾਵੇ, ਇੱਥੇ ਤਾਂ ਕੰਮ ਦਿਨ ਜਾ ਲੱਗ ਜਾਣਾ। ਦਿਨ ਤਾਂ ਕੋਈ ਚੱਕਰ ਨਹੀਂ, ਦਿਨ ਤਾਂ ਭਾਵੇਂ ਤੂੰ 10 ਲੈ ਲਾ, ਬਸ ਕੰਮ ਕਰਾ ਦੀ। ਅੱਛਾ ਮੇਰੀ ਗੱਲ ਸੁਣ, ਠੀਕ ਹੈ ਹੁਣ ਆਹ 9-11 ਦੀ ਇੱਕ ਤਾਂ ਲਵਾਉਣਾ ਬੰਪਰ ਅਸੀਂ। ਅੱਛਾ ਸਿੱਧੀ ਜੀ ਮੈਂ ਤੁਹਾਨੂੰ ਗੱਲ ਦੱਸਾਂ, ਤੇ ਸਾਡੀ ਸਲਾਹ ਗਈ ਯਾਰ ਮੂਹਰੇ ਨਾਲ ਟਾਇਰ ਅਸੀਂ ਰੇਡੀਅਲ ਨਾਲ ਪਵਾ ਦਈਏ ਯਾਰ, ਕੀ ਚਾਹੁੰਦਾ ਰੇਡੀਅਲ ਟਾਇਰ? ਵੈਸੇ ਜਚਨੇ ਤੇ ਆ ਅੱਜ ਕੱਲ ਟ੍ਰੈਂਡ ਵੀ ਹੈਗਾ ਉਹਦਾ। ਹਾਂ ਮੂਹਰੇ ਰੇਡੀਅਲ ਟਾਇਰ ਪਵਾ ਦਈਏ ਤੇ
ਆ ਤਾਂ ਬਾਕੀ ਤਾਂ ਠੀਕ ਹੈ ਨਾ। ਸਲੈਂਸਰ ਯਾਰ ਹੋਰ ਨਾ ਲਵਾ ਦਈਏ ਕੋਈ। ਪਹਿਲਾਂ ਇੱਦਾਂ ਕਰੋ ਨਾ, ਰੇਡੀਅਲ ਟਾਇਰ ਲਵਾ ਦਿਓ, ਰੇਡੀਅਲ ਟਾਇਰ ਅਤੇ ਸਲੈਂਸਰ ਬੰਪਰ ਰਹਿਣ ਦਿਓ। ਨਹੀਂ ਯਾਰ ਬੰਪਰ ਪਤਾ ਕੀ ਚੱਕਰ ਹੈ, ਹੁਣ ਅਸੀਂ ਜਾਣਾ ਯਾਰ ਦੇਖ ਉੱਥੇ ਫਿਰ ਭਾਰ ਭੂਰ ਜ਼ਿਆਦਾ ਹੁੰਦਾ, ਟਰੈਕਟਰ ਖੜ੍ਹਾ ਹੁੰਦਾ ਰਹਿੰਦਾ, ਉਹ ਬੰਪਰ ਥੋੜ੍ਹਾ ਹੈਵੀ ਲਵਾਉਣਾ। ਠੀਕ ਹੈ ਅੱਛਾ ਅੱਛਾ ਅਤੇ ਚੱਲ ਨਹੀਂ ਅਸੀਂ ਕਰਾਂਗੇ, ਜੇ ਬੰਪਰ ਤਾਂ ਤੇਰੇ ਕੋਲ ਨਹੀਂ ਸਟੋਕ ਹੈਗਾ ਆਪਾਂ ਕਿਸੇ ਹੋਰ ਨੂੰ ਕਹਿ ਦਿਆਂਗੇ। ਏ ਕਿੱਡੀ ਗੱਲ ਹੈ। ਨਹੀਂ ਉਹ ਤਾਂ ਕੋਈ ਨਹੀਂ, ਉਹ ਪਤਾ ਕੀ ਦਰਅਸਲ ਨਾ ਅੱਜ ਐਤਕੀ ਬਹੁਤ ਲੋਕਾਂ ਨੇ ਲਵਾ ਲਿਆ, ਹੁਣ ਆਪਾਂ ਮੰਗਾਉਣ ਵਾਲਾ ਹੈ ਹਲੇ ਵੀ ਆਰਡਰ ਨਹੀਂ ਦਿੱਤਾ। ਚੱਲ ਕੋਈ ਨਾ, ਬੰਪਰ ਦਾ ਤਾਂ ਅਸੀਂ ਤੇਰਾ ਹੱਲ ਕਰ ਦਿਆਂਗੇ, ਸਾਡੇ ਹੋਰ ਟਰੈਕਟਰ ਤੇ ਲੱਗਿਆ ਤਾਂ ਖੋਲ੍ਹ ਕੇ ਦੇ ਦਿਆਂਗੇ, ਚਲੋ ਉਹ ਕੱਸ ਦੀ ਕਰਾਂ ਰੰਗ ਰੁੰਗ ਕਰ ਦੀ। ਅਤੇ ਇੱਕ ਲਵਾਉਣਾ ਇਹਦੇ ਡੈੱਕ, ਅਤੇ ਡੈੱਕ ਬੜਾ ਵੱਡਾ ਨਹੀਂ ਯਾਰ, ਛੋਟੇ ਲਵਾਈ ਕਿਉਂਕਿ ਅਸੀਂ ਖੇਤੀ ਵਾਲਾ ਕੰਮ ਜ਼ਿਆਦਾ ਲੈਂਦੇ ਹਾਂ, ਤੋਂ ਪਿੱਛੇ ਮੁੜ ਕੇ ਦੇਖੀ ਦੁਖੀ ਜਾਵੇ। ਠੀਕ ਹੈ, ਅਤੇ ਲਾਈਟਾਂ 'ਚ ਵੀ ਕੋਈ ਡਿਜ਼ਾਇਨ ਡਿਜੂਨ ਪਾ ਦੀ ਯਾਰ। ਠੀਕ ਹੈ, ਲਾਈਟਾਂ ਲੂਟਾਂ ਦੀ ਆਪਾਂ ਕਵਾਰ ਜਿਵੇਂ ਆਈਆਂ ਨਵੀਆਂ ਉਹ ਲਾ ਦਿੰਦੇ ਹਾਂ, ਲੇਟੈਸਟ ਓਕੇ, ਡਿਜ਼ਾਈਨ ਆਈ ਥੱਲੇ ਲਾ ਦੀ ਜਾਂ ਪਤੀਸਾ ਲਾਈਟਾਂ ਹੁੰਦੀਆਂ ਜਿਹੜੀਆਂ ਸਾਰੀਆਂ। ਠੀਕ ਹੈ, ਪਤਾਸਾ ਪਤੀਸਾ ਜੋ ਵੀ, ਓਕੇ ਸੋਰੀ ਯਾਰ ਜੇ ਗੱਲ ਤੋਂ ਇਹ ਦੱਸ ਦਿਓ ਮੇਰੇ ਜਗ੍ਹਾ। ਠੀਕ ਹੈ ਹਾਂ, ਅਤੇ ਪਾਵਰੇ ਨੂੰ ਬਾਅਦ 'ਚ ਕਰਾ ਲਾਂਗੇ। ਲੱਗ ਜੂਗੀ ਹਾਂ, ਠੀਕ ਹੁਕਮ ਆਪਾਂ ਦੇਖ ਲਾਂਗੇ। ਠੀਕ ਹੈ ਠੀਕ ਹੈ ਹਾਂ, ਅਤੇ ਕਰਵਾ ਦਿਆਂਗੇ। ਅਤੇ ਆ ਟਰੈਕਟਰ ਲਾ ਲਿਆ ਸੀ, ਹੋਰ ਟਰੈਕਟਰ ਲਾ ਲਿਆ ਸੀ ਮੈਂ। ਓਏ ਆ ਕੀ ਕੀਤਾ ਤੂੰ, ਆ ਲਵਾ ਤੇ ਪੈਸੇ ਹੈ। ਹੋਰ ਇਹ ਮੈਨੂੰ ਕਹਿੰਦਾ ਸੀ ਬਈ ਲਵਾ ਦੇ ਝੰਡੇ, ਫਿਰ ਆਪਾਂ ਕਰਾਤਾ ਕੰਮ ਇਹਦਾ। ਇਹ ਭਾਲਦਾ ਲੱਤਾਂ, ਠੀਕ ਹੈ ਹਜੇ ਪਤਾ ਕੀ ਬੋਲਦੇ, ਹੋਰ ਦੱਸ। ਹਜੇ ਕਹਿੰਦੇ ਗੱਡੀ ਦੇ ਟਾਇਰ ਚੇਂਜ ਕਰਾ ਦੇ, ਲੈ ਦੱਸ। ਉਹ ਨਹੀਂ ਹੁਣ ਸ਼ੌਂਕ ਤਾਂ ਪੂਰੇ ਕਰ ਰਹੀ ਹਾਂ, ਕੋਈ ਨਹੀਂ ਲਵਾ ਦਿਓ, ਛੱਡ ਜਿਓ ਗੱਡੀ ਅਸੀਂ ਕਰ ਦਿੰਦੇ ਹਾਂ ਯਾਰ, ਕੰਮ ਤਾਂ ਕਰਦੇ ਨਹੀਂ ਯਾਰ ਇੱਦਾਂ ਹੀ ਆ ਅੱਜ ਕੱਲ੍ਹ ਦੇ ਨਿਆਣੇ ਨਿਆਣੇ। ਕੋਈ ਨਹੀਂ ਇਹਦਾ ਚਲ ਸੋਹਣੇ ਤਾਂ ਲੱਗਦਾ, ਕੋਈ ਚੱਕਰ ਚੱਲ ਕੋਈ ਨਾ। ਅਤੇ ਉਹਦਾ ਕੰਮ ਕਰਦੀ ਟਰੈਕਟਰ ਦਾ ਬਾਈ, ਅਤੇ ਇਹਦਾ ਕੋਈ ਚੱਕਰ ਨਹੀਂ, ਤੇਰੇ ਹੌਲੀ ਹੌਲੀ ਟਾਈਮ ਹੈ ਤੇਰੇ ਕੋਲ ਕਰਨ ਨੂੰ, ਕੋਈ ਚੱਕਰ ਨਹੀਂ ਕਰੀ ਚੱਲੀ। ਅਤੇ ਚਲੋ ਠੀਕ ਹੈ ਚੱਲਦੇ ਹਾਂ ਫਿਰ ਅਸੀਂ ਵੀ ਹੈ, ਅਤੇ ਠੀਕ ਹੈ ਠੀਕ ਹੈ। ਬਾਕੀ ਮੈਂ ਲੱਗਿਆ ਇੱਧਰ ਦੇਖਣਾ, ਦੂਜਾ ਆਪਣਾ ਆ ਰਿਹਾ ਬੰਦਾ, ਸਪੈਸ਼ਲ ਬੁਲਾਇਆ ਇਹਨੂੰ ਦੇਖਣ ਲਈ, ਕੋਈ ਨਹੀਂ ਕਰਦੇ। ਤੁਸੀਂ ਅਗਲੇ ਮੰਡੇ ਨੂੰ ਆ ਜਾਇਓ ਮੁੜ ਕੇ, ਠੀਕ ਹੈ। ਕੋਈ ਨਾ ਕੋਈ ਨਾ, ਦੇਖਦੇ ਹਾਂ ਬਸ। ਨਹੀਂ ਅਗਲੇ ਮੰਡੇ ਨੂੰ ਨਹੀਂ, ਟਰਾਲੀ ਸਾਨੂੰ ਚਾਹੀਦੀ ਕੱਲ੍ਹ ਨੂੰ। ਠੀਕ ਹੈ, ਆਪਦਾ ਕੋਈ ਦਿਹਾੜੀਆ ਸੱਤ ਜੋ ਮਰਜ਼ੀ ਕਰ, ਟਰਾਲੀ ਦਾ ਸਾਨੂੰ ਕੰਮ ਹੈ, ਟਰਾਲੀ ਸਾਨੂੰ ਚਾਹੀਦੀ। ਚਲੋ ਐਂ ਕਰੋ ਨਾ, ਟਰਾਲੀ ਦੀ ਗੱਲ ਆ, ਜੋ ਟਰੈਕਟਰ ਸੌਂਗਾ। ਓਕੇ ਚੱਲ ਠੀਕ ਹੈ ਠੀਕ, ਚਲੋ ਚਲੋ ਠੀਕ ਹੈ, ਐਂ ਚੱਲਦਾ ਹੁਣ ਹੁਣ। ਓਕੇ ਜੀ ਓਕੇ 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 ਬਾਈ, ਲਓ ਵੀ ਮੁੰਡਾ ਚੈੱਕ ਕਰੋ ਯਾਰ, ਕਹਿੰਦੇ ਸੋਨਾ ਲੀਕਾ। ਬਈ ਸਿਰਾ ਹੋਇਆ ਪਿਆ ਕਿ ਨਹੀਂ ਦੱਸੋ ਫਿਰ ਤੁਸੀਂ। ਚਲੋ ਵੀ ਮਿਲਦੇ ਹਾਂ ਤੁਹਾਨੂੰ ਨੈਕਸਟ ਵੀਡੀਓ ਦੇ ਵਿੱਚ, ਜਿਉਂਦੇ ਬਾਅਦ ਰਹੋ, ਬਾਏ, ਟੇਕ ਕੇਅਰ।